वाहिगुरु जी का खालसा, वाहिगुरु जी की फतेह। जय जनता, जय संघर्ष, जित लड़दे लोगों की। मेरे बहुत ही 6994 ETT केडर साथियों, मेरे सारे भैणों ते भरावों नूं सत श्री अकाल। सो साथियों, पहला तां तुहानूं बहुत बहुत मुबारकां। जो कल अपना स्टे ब्रेक होया ते केस डिस्पोज ऑफ होया, सो जिहड़े जिहड़े सज्जना साथियों ने भी एफर्ट करे उहदे विच सारिआं दा दिलों धन्नवाद। सो साथियों, बाकी बहुत मैसेज कॉल आ रहे ने रिजल्ट बारे। सो साथियों, रिजल्ट बारे अज डिपार्टमेंट मीटिंग हुई सी छाबड़ा जी नाल, ते डायरेक्टर साहब नूं भी मिलिया गया सी। ते दोवें डिपार्टमेंट जिहड़ा रिजल्ट दे उत्ते पूरा काम कर रहे ने साथियों। कुछ तां अपना जिहड़ा कल केस डिस्पोज ऑफ होया उहदे ऑर्डर अज आए ने, बाकी होर भी बहुत जिहड़ियां इंस्ट्रक्शनां हुंदियां ने, है ना, अप्रूवलां लैणियां हुंदियां ने, ਅਤੇ ਡਿਪਾਰਟਮੈਂਟ ਉਹਨਾਂ ਅਪਰੂਵਲਾਂ ਨੂੰ ਲੈਣ ਦੇ ਵਿੱਚ ਜਿਹੜਾ ਅੱਜ ਬਿਜ਼ੀ ਸੀਗਾ। ਚਾਰੇ ਪਾਸੇ ਜਿਹੜੇ ਡਿਪਾਰਟਮੈਂਟ ਦੇ ਅਧਿਕਾਰੀ ਆਪਣਾ ਵਰਕ ਕਰ ਰਹੇ ਸੀ। ਸੋ ਸਾਥੀਓ, ਜਿਹੜਾ ਰਿਜ਼ਲਟ ਆ ਬਹੁਤ ਹੀ ਜਲਦ ਅੱਜ ਸ਼ਾਮ ਤੱਕ ਜਾਂ ਕੱਲ੍ਹ ਤੱਕ ਜਿਹੜਾ ਰਿਜ਼ਲਟ ਆਪਣਾ ਆ ਜੂਗਾ, ਸੈਟਰਡੇ ਸੰਡੇ ਤੱਕ। ਹੋ ਸਕਦਾ ਅੱਜ ਵੀ ਆ ਜੇ, ਜੇ ਕੁਛ ਰਹਿ ਗਿਆ ਥੋੜ੍ਹਾ ਬਹੁਤਾ ਤਾਂ ਸੈਟਰਡੇ ਸੰਡੇ ਤੱਕ ਜਿਹੜਾ ਆਪਣਾ ਰਿਜ਼ਲਟ ਆ, ਹੋਪ ਸੋ ਆ ਜੂਗਾ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡਾ ਤਨ ਮਨ ਧਨ ਤੋਂ ਸਾਥ ਦਿੱਤਾ। ਅਸੀਂ ਤੁਹਾਡੇ ਹਮੇਸ਼ਾ ਹੀ ਰਿਣੀ ਰਵਾਂਗੇ, ਸਾਰੇ ETT 6994 ਕੇਡਰ ਦੇ। ਅਤੇ ਸੋ ਸਾਥੀਓ, ਇੱਕ ਛਾਬੜਾ ਜੀ ਨਾਲ ਜਦੋਂ ਮੀਟਿੰਗ ਹੋਈ, ਉਹਨਾਂ ਨੇ ਇੱਕ ਜਿਹੜਾ ਉਲਾਂਭਾ ਦਿੱਤਾ ਸਾਡੇ ਸਪੈਸ਼ਲ ETT 6994 ਕੇਡਰ ਨੂੰ, ਵੀ ਬੱਚੇ ਫੋਨ ਬਹੁਤ ਕਰਦੇ ਆ, ਮੈਸੇਜ ਬਹੁਤ ਜ਼ਿਆਦਾ ਕਰਦੇ ਆ, ਵੀ ਹਰਾਸਮੈਂਟ ਕਰਦੇ ਆ, ਵੀ ਸਾਨੂੰ ਕੰਮ ਨਹੀਂ ਕਰਨ ਦਿੰਦੇ। ਛਾਬੜਾ ਜੀ ਕਹਿੰਦੇ ਉੱਧਰੋਂ ਅਸੀਂ ਕੰਮ ਕਰਦੇ ਹੁੰਦੇ ਹਾਂ ਅਤੇ ਉੱਧਰੋਂ ਵਿੱਚ ਕਿਸੇ ਦਾ ਮੈਸੇਜ ਆ ਜਾਂਦਾ, ਕਿਸੇ ਦਾ ਫੋਨ ਆ ਜਾਂਦਾ। ਸੋ ਸਾਥੀਓ, ਮੇਰੀ ਤੁਹਾਨੂੰ ਆਪਣੇ ਛੋਟੇ ਭੈਣਾਂ ਭਰਾਵਾਂ ਨੂੰ, ਵੱਡੇ ਭੈਣਾਂ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ, ਵੀ ਘਰ ਬਹਿ ਕੇ ਇਕੱਲੇ ਮੈਸੇਜ ਪਾਉਣ ਨਾਲ ਛਾਬੜਾ ਜੀ ਨੂੰ ਕੁਛ ਨਹੀਂ ਹੋਣਾ। ਇਹ ਸਾਰੀ ਜਿਹੜੀ ਲੜਾਈ ਆ ਗਰਾਊਂਡ ਲੈਵਲ ਦੀ ਹੁੰਦੀ ਆ ਸਾਥੀਓ, ਤੁਸੀਂ ਦੇਖਿਆ ਹੀ ਆ। ਸੋ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਇਸ ਤਰ੍ਹਾਂ ਮੈਸੇਜ ਨਾ ਪਾਓ, ਫਿਰ ਉਹ ਖਿੱਝ ਜਾਂਦੇ ਨੇ, ਫਿਰ ਉਹ ਚਿੜਦੇ ਨੇ ਸਾਡੇ 'ਤੇ। ਜਦੋਂ ਅਸੀਂ ਉੱਥੇ ਜਾਂਦੇ ਮੀਟਿੰਗ ਕਰਨ, ਫਿਰ ਸਾਨੂੰ ਬੁਰਾ ਭਲਾ ਜਿਹੜਾ ਸੁਣਨ ਨੂੰ ਮਿਲਦਾ। ਸੋ ਮੇਰੀ ਹੱਥ ਜੋੜ ਕੇ ਬੇਨਤੀ ਆ, ਇੱਦਾਂ ਨਾ ਕਰਿਆ ਕਰੋ ਤੁਸੀਂ। ਅਤੇ ਸੋ ਸਾਥੀਓ, ਬਾਕੀ ਹੁਣ ਗੱਲ ਰਹੀ ਫੰਡ ਦੀ, ਮੈਨੂੰ ਨਹੀਂ ਲੱਗਦਾ ਵੀ ਪਿਛਲੇ 10-15 ਦਿਨਾਂ ਤੋਂ ਕੋਈ ਫੰਡ ਆਇਆ ਹੋਊਗਾ। ਜਿਨ੍ਹਾਂ ਨੇ ਫੰਡ 2-2, 3-3 ਵਾਰੀ ਪਾਤਾ, ਉਹਨਾਂ ਦਾ ਤਹਿ ਦਿਲੋਂ ਧੰਨਵਾਦ। ਪਰ ਜਿਨ੍ਹਾਂ ਨੇ ਨਹੀਂ ਹਜੇ ਤੱਕ ਫੰਡ ਪਾਇਆ, ਮੇਰੀ ਹੱਥ ਜੋੜ ਕੇ ਬੇਨਤੀ ਆ ਤੁਹਾਨੂੰ, ਵੀਰ ਬਣ ਕੇ, ਭੈਣਾਂ ਬਣ ਕੇ, ਜਿਨ੍ਹਾਂ ਨੇ ਨਹੀਂ ਫੰਡ ਪਾਇਆ ਹਜੇ ਤੱਕ, ਫੰਡ ਜ਼ਰੂਰ ਪਾਓ। ਕਿਉਂਕਿ 10 ਤਰੀਕ ਨੂੰ ਪੰਜਾਬੀ ਵਾਲਾ ਕੇਸ ਵੀ ਡਿਫੈਂਡ ਕਰਨਾ ਪੈਣਾ। ਪਹਿਲਾਂ ਵਾਲੇ ਕੇਸਾਂ 'ਚੋਂ ਵੀ ਕੁਛ ਫੀਸ ਆ ਜਿਹੜੀ ਵਕੀਲ ਸਾਹਿਬ ਦੀ ਰਹਿੰਦੀ ਆ। ਵਕੀਲ ਸਾਹਿਬ ਨੇ ਵੀ ਬਹੁਤ ਜ਼ਿਆਦਾ ਐਫਰਟ ਕਰਿਆ ਆਪਣੇ ਪਿੱਛੇ। ਸੋ ਉਹਨਾਂ ਦੀ ਫੀਸ ਪੂਰੀ ਕਰਕੇ ਪੰਜਾਬੀ ਵਾਲੇ ਪੇਪਰ 'ਚ ਵੀ ਜਿਹੜਾ ਆਪਾਂ ਨੂੰ ਪਾਰਟੀ ਬਣਨਾ ਪੈਣਾ ਸਾਥੀਓ। ਇਸ ਕਰਕੇ ਫੰਡ ਦੀ ਬਹੁਤ ਜ਼ਿਆਦਾ ਜ਼ਰੂਰਤ ਆ, ਅਤੇ ਹੱਥ ਜੋੜ ਕੇ ਬੇਨਤੀ ਆ ਵੀ ਫੰਡ ਦਾ ਜਿਹੜਾ ਜ਼ਰੂਰ ਕਰੋ। ਸੋ